ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਮਾਲਟਨ ਤੋਂ ਰੈਕਸਡੇਲ ਗੁਰਦੁਆਰਾ ਸਾਹਿਬ ਦਾ ਨਗਰ ਕੀਰਤਨ ਇਸ ਸਾਲ ਵੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅਰਦਾਸ ਕਰਨ ਉਪਰੰਤ 1 ਵਜੇ ਦੇ ਕਰੀਬ ਆਰੰਭ ਹੋਇਆ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਬੜੀ ਹੀ ਸੁੰਦਰ ਪਾਲਕੀ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ। ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਪਾਲਕੀ ਦੇ ਪਿੱਛੇ ਪਿੱਛੇ ਚੱਲਦੀਆਂ ਰਹੀਆਂ। ਖਾਲਸਾ ਕਮਿਊਨਿਟੀ ਸਕੂਲ ਮਾਲਟਨ ਦੇ ਬੱਚਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਬੈਂਡ ਦੇ ਨਾਲ ਸ਼ਮੂਲੀਅਤ ਕੀਤੀ। ਪੰਜ ਪਿਆਰੇ ਇੱਕ ਵਾਹਨ ਦੇ ਵਿੱਚ ਸਭ ਤੋਂ ਮੂਹਰੇ ਚੱਲ ਰਹੇ ਸਨ ਅਤੇ ਸੰਗਤਾਂ ਮਾਲਟਨ ਤੋਂ ਲੈ ਕੇ ਰੈਕਸਡੇਲ ਤੱਕ ਆਲੇ ਦੁਆਲੇ ਖੜੀਆਂ ਨਜ਼ਾਰੇ ਵੇਖ ਰਹੀਆਂ ਸਨ। ਲੱਖਾਂ ਦੀ ਤਾਦਾਦ ਦੇ ਵਿੱਚ ਇਸ ਸਾਲ ਵੀ ਨਗਰ ਕੀਰਤਨ ਹੁੰਮ ਹੁਮਾ ਕੇ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਮਨ ਬਿਲਾਸ ਪਰ
अचरज देख मनाई अचरज देख मनाई हर सिमर सिमर आनंद कर नानक प्रभ पूरन पैज रखाई हर सिमर सिमर आनंद कर नानक प्रभ पूरन पैज ਔਖੀ ਘੜੀ ਨਾ ਦੇਖਣ ਦੇ 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 ਆਪਣਾ ਵੀਰ समाले अपना मिर्द समाले अपना मिर्द समाले अपना मिर्द समाले औखी घड़ी न देखण दे औखी घड़ी न दे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮੋਟਰਸਾਈਕਲ ਕਲੱਬ ਬਣੀਆਂ ਸੋਚੇ ਸਿੱਖ ਜਗਤ ਨੂੰ ਖਾਲਸਾ ਪੰਥ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਇਸ ਵੇਲੇ ਅਸੀਂ ਜਿਹੜਾ ਨਗਰ ਕੀਰਤਨ ਮਾਲਟਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਰੈਕਸਨ ਗੁਰਦੁਆਰਾ ਸਾਹਿਬ ਪਹੁੰਚਦਾ ਅਸੀਂ ਦੋਨਾਂ ਪੋਜੀਸ਼ਨਾਂ ਦੇ ਉੱਤੇ ਸਿੱਖ ਮੋਟਰਸਾਈਕਲ ਕਲੱਬ ਬਣੀਆਂ ਟਰਬਨ ਟਾਈਂਗ ਦੇ ਬੂਥ ਲਾਏ ਹੋਏ ਸੀਗੇ ਹੁਣ ਇਸ ਵੇਲੇ ਅਸੀਂ ਰੈਕਸਟੀਲ ਵਾਲੀ ਬ੍ਰਾਂਚ ਦੇ ਉੱਤੇ ਟਰਬਨ ਟਾਈਂਗ ਦੇ ਬੂਥ ਦੇ ਉੱਤੇ ਖੜੇ ਹੈਗੇ ਹਾਂ ਔਰ ਜਦੋਂ ਤੋਂ ਸਿੱਖ ਮੋਟਰਸਾਈਕਲ ਕਲੱਬ ਹੋਂਦ ਵਿੱਚ ਆਈ ਆ ਸਿੱਖੀ ਦੀ ਪ੍ਰਮੋਸ਼ਨ ਦੇ ਨਾਲ ਨਾਲ ਦਸਤਾਰ ਦੀ ਪ੍ਰਮੋਸ਼ਨ ਦੇ ਉੱਤੇ ਅਸੀਂ ਬੜਾ ਜ਼ੋਰ ਦਿੱਤਾ ਹੈਗਾ ਔਰ ਸਿੱਖ ਮੋਟਰਸਾਈਕਲ ਕਲੱਬ ਨੇ ਜਿਹੜੀ ਦਸਤਾਰ ਦੀ ਲੜਾਈ ਲਗਾਤਾਰ 11 ਸਾਲ ਲੜੀ ਔਰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਔਰ ਅਸੀਂ ਕੌਮ ਦੀ ਚੌਲੀ ਇਹ ਜਿਹੜਾ ਹੈਲਮਟ ਐਗਜੈਂਪਸ਼ਨ ਜਿਹੜੀ ਪਵਾਈ ਹੈਗੀ ਆ ਔਰ ਸਿੱਖ ਮੋਟਰਸਾਈਕਲ ਕਲੱਬ ਹੁਣ ਵੀ ਲਗਾਤਾਰ ਵਰਕ ਪਲੇਸ ਦੇ ਉੱਤੇ ਹੈਲਮਟ ਐਗਜੈਂਪਸ਼ਨ ਦੀ ਸੰਘਰਸ਼ ਕਰਦੀ ਆ ਰਹੀ ਆ ਗੁਰੂ ਕਿਰਪਾ ਕਰੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਹ ਮੋਰਚਾ ਵੀ ਫਤਿਹ ਹੋ ਜਾਵੇ
ਅਤੇ ਕੌਮ ਲਈ ਇੱਕ ਹੋਰ ਤੋਹਫਾ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਨੂੰ ਭੇਟ ਕੀਤਾ ਜਾਵੇ ਤੇ ਹੁਣ ਤੱਕ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ 1 ਮਿਲੀਅਨ ਤੇ 47000 ਡਾਲਰ ਦੀ ਡੋਨੇਸ਼ਨ ਇਕੱਤਰ ਕੀਤੀ ਜਾ ਚੁੱਕੀ ਆ ਔਰ ਇਹ ਲਗਾਤਾਰ ਜਾਰੀ ਹੈਗੀ ਆ ਹੁਣ ਵੀ ਇਹ ਸਾਲ ਜੁਲਾਈ ਦੇ ਅਖੀਰਲੇ ਐਤਵਾਰ ਨੂੰ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਨੈਸ਼ਨਲ ਵਾਈਡ ਚੈਰਿਟੀ ਰਾਈਡ ਜਿਹੜੀ ਆ ਕੀਤੀ ਜਾ ਰਹੀ ਆ ਜਿਹੜੀ ਕਿ ਟੋਰਾਂਟੋ ਦੇ ਵਿੱਚ ਵੀ ਇੱਥੋਂ ਆਪਣੇ ਬ੍ਰੈਂਪਟਨ ਦੇ ਏਰੀਆ ਤੋਂ ਸ਼ੁਰੂ ਹੋਊਗੀ ਔਰ ਅਸੀਂ ਹਮੇਸ਼ਾ 1 ਜੁਲਾਈ ਨੂੰ ਜਿਹੜਾ ਉਹ ਆਮ ਤੌਰ ਤੇ ਨਿਆਗਰਾ ਫਾਲ ਜਾਂਦੇ ਹੈਗੇ ਆ ਪਰ ਐਤਕੀ ਅਸੀਂ ਜਿਹੜੀ ਇਹ ਚੈਰਿਟੀ ਰਾਈਡ ਜਿਹੜੀ ਆ ਅਵੇਅਰਨੈਸ ਰਾਈਡ ਜਿਹੜੀ ਆ ਸ਼ੁਰੂ ਕਰਕੇ ਅਸੀਂ ਆਲ ਦੀ ਵੇ ਅਲਾਸਕਾ ਜਾ ਰਹੇ ਹੈਗੇ ਆ ਟੀਮ ਮੈਂਬਰ ਔਰ ਅਲਾਸਕਾ ਦਾ ਜਿਹੜਾ ਸਾਡਾ ਟ੍ਰਿਪ ਹੈਗਾ ਇਹ ਸਿੱਖ ਭਾਈਚਾਰੇ ਦੀ ਅਵੇਅਰਨੈਸ ਦੇ ਲਈ ਸਿੱਖਾਂ ਨੂੰ ਹੋਰ ਭਾਈਚਾਰਿਆਂ ਦੇ ਵਿੱਚ ਜਾਣੂ ਕਰਵਾਉਣ ਦੇ ਲਈ ਅਸੀਂ ਆਲ ਦੀ ਵੇ ਡੈੱਡ ਹਾਰਸ ਅਲਾਸਕਾ ਤੱਕ ਜਾਵਾਂਗੇ ਔਰ ਇਹ ਜਿਹੜਾ ਸਾਡਾ ਟ੍ਰਿਪ ਹੈਗਾ ਇਹ 22500 ਕਿਲੋਮੀਟਰ ਦਾ ਹੋਵੇਗਾ ਔਰ ਹਾਂਜੀ ਤੇ 30 ਜੁਲਾਈ ਨੂੰ ਜਿਹੜੀ ਆ ਰਾਈਡ ਜਿਹੜੀ ਆ ਟੋਰਾਂਟੋ ਦੇ ਵਿੱਚ ਹੋਵੇਗੀ ਜਿਹੜੀ ਕਿ ਪੈਂਟਿੰਗ ਹਾਊਸ ਲੰਡਨ ਤੱਕ ਜਾ ਕੇ ਸਮਾਪਤ ਹੋਊਗੀ ਸੋ ਸਮੁੱਚੇ ਭਾਈਚਾਰੇ ਨੂੰ ਇੱਕ ਬੇਨਤੀ ਹੈਗੀ ਆ ਕਿ ਉਹ ਸਾਡੇ ਨਾਲ ਇਸ ਰਾਈਡ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ ਅਤੇ ਜਿਹੜੇ ਵੀ ਭੈਣ ਭਰਾ ਇਸ ਵੇਲੇ ਮੇਰੀ ਆਵਾਜ਼ ਸੁਣਦੇ ਹੈਗੇ ਆ ਉਹ ਰਾਈਡ ਫਾਰ ਕੌਜ .ca ਦੇ ਉੱਤੇ ਜਾ ਕੇ ਇਸ ਚੈਰਿਟੀ ਦੇ ਲਈ ਉਹ ਪੈਸੇ ਵੀ ਡੋਨੇਟ ਕਰ ਸਕਦੇ ਆ ਅਤੇ ਇਸ ਤੋਂ ਬਿਨਾਂ ਜੀ ਸਾਡੇ ਮੇਰੇ ਨਾਲ ਕਲੱਬ ਦੇ ਜਿਹੜੇ ਫਾਊਂਡਰ ਮੈਂਬਰ ਲਖਵਿੰਦਰ ਸਿੰਘ ਹੋਣੀ ਆ ਇਹ ਵੀ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਭਾਈਚਾਰੇ ਨੂੰ ਸੁਨੇਹਾ ਜ਼ਰੂਰ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮੋਟਰਸਾਈਕਲ ਕਲੱਬ ਆਫ ਓਨਟੇਰੀਓ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਸਮੂਹ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਬਾਦ ਅੱਜ ਮਾਲਟਮ ਤੋਂ ਰੈਕਸਟੇਲ ਜੋ ਨਗਰ ਕੀਰਤਨ ਹੋਏ ਨੇ ਉੱਥੇ ਸਿੱਖ ਮੋਟਰਸਾਈਕਲ ਕਲੱਬ ਨੇ ਦੋਨਾਂ ਥਾਵਾਂ ਦੇ ਬੂਥ ਲੱਗੇ ਹੋਏ ਸੀਗੇ ਅਸੀਂ ਤੁਹਾਡੇ ਸਹਿਯੋਗ ਨਾਲ ਦਸਤਾਰਾਂ ਦੇ ਕੈਂਪ ਚਲਾਉਂਦੇ ਹਾਂ ਇਹ ਤੁਹਾਡੇ ਜਿਹੜੀ ਸੰਗਤ ਆ ਉਹਦੇ ਸਹਿਯੋਗ ਤੋਂ ਬਿਨਾਂ ਨਾਮੁਮਕਿਨ ਆ ਜਿੱਦਾਂ ਮੇਰੇ ਨਾਲ ਇੰਦਰਜੀਤ ਸਿੰਘ ਹੋਰੀ ਖੜੇ ਆ ਇਹਨਾਂ ਨੇ ਦੱਸਿਆ ਵੀ ਸਿੱਖ ਮੋਟਰਸਾਈਕਲ ਰਾਈਡ ਫੋਰ ਕਾਜ਼ ਕਰਦਾ ਹੁੰਦਾ ਰਾਈਡ ਫੋਰ ਕਾਜ਼ ਬੜੀ ਵੱਡੀ ਸਾਡੀ ਰਾਈਡ ਹੁੰਦੀ ਆ ਉਹ ਇਸ ਵਾਰ ਵੀ ਕਰ ਰਹੇ ਹਾਂ ਅਸੀਂ ਸਮੂਹ ਸਿੱਖ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਸਿੱਖ ਮੋਟਰਸਾਈਕਲ ਕਲੱਬ ਦਾ ਵੱਧ ਤੋਂ ਵੱਧ ਸਾਥ ਦਿਓ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਸ ਸਾਸ ਵ੍ਰਤ ਪਾਲੇ ਸਮਾਲੇ ਆਪਣਾ ਬਿਰਧ ਸਮਾਲੇ
اپنا برد سمالے
ਖਾਲਸਾ ਦਸਵੇਂ ਪਾਤਸ਼ਾਹ ਜੀ ਦੇ ਵਿਸਾਖੀ ਗੁਰਪੁਰਬ ਸਾਰੀ ਸਿੱਖ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ ਇਵਨ ਮੀਂਹ ਅੱਜ ਪੈਂਦਾ ਸੀਗਾ ਪਰ ਖਾਲਸਾ ਚੜ੍ਹਦੀ ਕਲਾ ਵਿੱਚ ਜਕਾਰੇ ਲਾਉਂਦਾ ਪਹੁੰਚ ਗਿਆ ਜੀ ਬਹੁਤ ਬਹੁਤ ਅਤੇ ਬਾਕੀ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਦੋ ਜਗ੍ਹਾ 'ਤੇ ਦਸਤਾਰ ਦੇ ਗੂਤ ਲਾਏ ਸੀਗੇ ਸਿੰਘਾਂ ਨੇ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Yeah.
Why are you going to be that?